ਆਪਾਂ ਜਾ ਰਹੇ ਆ ਪੂਰਾ ਇੰਡੀਆ ਟੂਰ ਲਈ, ਉਹ ਇਸ ਮਹੀਨੇ ਸਟਾਰਟ ਹੋ ਜੇ। ਧਿਆਨ ਨਾਲ ਧਿਆਨ ਨਾਲ, ਗੱਡੀ ਆਉਂਦੀ ਗੁਰੂ ਆ, ਗੱਡੀ ਆਉਂਦੀ, ਗੱਡੀ ਹੈ ਓਏ, ਵੇਖ ਵੇਖ ਇਹ ਕਰਦਾ ਕੰਮ ਉਹੀ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੋਰ ਸੁਣਾਓ ਕੀ ਹਾਲ ਚਾਲ ਆ। ਤੇ ਅੱਜ ਥੋੜ੍ਹਾ ਜਿਹਾ ਗੈਟਅਪ ਚੇਂਜ ਕੀਤਾ ਵਾ, ਚਿੱਟਾ ਕੁੜਤਾ ਪਜਾਮਾ ਪਾਇਆ, ਕਿਉਂਕਿ ਅੱਜ ਆਪਣਾ ਹੈਗਾ ਫਰੈਂਡ ਗੁਰਕੀਰਤ ਭੁੱਲਰ, ਉਹਨਾਂ ਦੇ ਹੈਗਾ ਭੋਗ ਤੇ ਸੁਖਮਨੀ ਸਾਹਿਬ ਦਾ ਪਾਠ ਉੱਧਰ ਜਾਣਾ ਵਾ। ਤੇ ਪਹਿਲਾਂ ਚੱਲਦੇ ਆ ਫੈਕਟਰੀ ਕੰਮ ਚਲਾ ਕੇ, ਦੇਖ ਕੇ ਸਾਰਾ ਕੁਝ, ਤੇ ਮੁੰਡਿਆਂ ਨੂੰ ਤੋਰ ਕੇ, ਤੇ ਫਿਰ ਆਪਾਂ ਚੱਲਾਂਗੇ ਭੋਗ ਤੇ, ਤੇ ਉਦੋਂ ਮਗਰੋਂ ਜਿਹੜੇ ਕੰਮ ਕੁੰਮ ਕਰਨੇ ਆ। ਤੇ ਅੱਜ ਇਸ ਵਲੋਗ ਦੇ ਵਿੱਚ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇਵਾਂਗੇ ਐਂਡ ਤੇ, ਤੇ ਵਲੋਗ ਦੇ ਨਾਲ ਜੁੜੇ ਰਹੋ ਤੇ ਕਰਦੇ ਫਿਰ ਗੱਲਬਾਤ ਨਾਲ। ਫੈਕਟਰੀ ਪਹੁੰਚ ਗਏ ਆਪਾਂ ਬਸ। ਲਓ ਜੀ, ਅੱਜ ਗੱਡੀ ਚੱਲੀ ਘੱਲਖੋਰ, ਦੋ ਮਾਣ ਇਹਨਾਂ ਦਾ ਰਹਿੰਦਾ ਸੀ, ਉਹ ਭੇਜਦਾ ਨਾਲ, ਬਾਕੀ ਕਾਬੜ ਵਗੈਰਾ ਚੱਲਣੇ, ਹੈ ਨਾ। ਅੱਜ ਇੱਕ ਥਾਂ ਇਕੱਲੇ ਘੱਲਖੋਰ, ਤੁਸੀਂ ਬਾਅਦ ਮਿਸਤਰੀ ਵੀ ਨਹੀਂ ਆਇਆ, ਪਰ ਦਿਹਾੜੀਏ ਆਏ ਆ, ਉਹ ਮਿੱਟੀ ਚੜਾਈ ਜਾਂਦੇ ਥਾਂ, ਹੈ ਨਾ। ਦੋ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਵਾ, ਮੀਂਹ ਪੈਣ ਨਾਲ ਕਣਕਾਂ ਦਾ ਜਦੋਂ ਜਿਹੜਾ ਨੁਕਸਾਨ ਹੋਇਆ। ਅਤੇ ਪਰ ਮੌਸਮ ਅੱਜ ਬਾਹਰ ਦਾ 18 ਡਿਗਰੀ ਆ ਟੈਂਪਰੇਚਰ, ਜਿਹੜਾ ਬਾਹਰ ਦੇ ਮੌਸਮ ਦੀ ਗੱਲ ਕਰਦੇ ਤਾਂ 18 ਡਿਗਰੀ ਆ, ਮਤਲਬ ਠੰਡਾ ਵਾ। ਟਾਈਮ ਦੀ ਗੱਲ ਕਰੀਏ ਤਾਂ 10 ਵਜੇ 18 ਡਿਗਰੀ ਆ, ਅਤੇ ਇਹਦਾ ਮਤਲਬ ਬਾਹਰ ਮੌਸਮ ਠੰਡਾ ਹੈਗਾ, ਹੈ ਨਾ। ਮੀਂਹ ਕਰਕੇ ਚਲੋ ਕਣਕਾਂ ਦਾ ਤਾਂ ਬਹੁਤ ਨੁਕਸਾਨ ਹੋਇਆ ਐਤਕੀ, ਜਦੋਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ, ਕਣਕਾਂ ਸਾਰੀਆਂ ਡਿੱਗੀਆਂ ਪਈਆਂ, ਅਤੇ ਨਹੀਂ ਤਾਂ ਹੋਰ 10 ਦਿਨਾਂ ਤੱਕ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਣੀ ਸੀ। ਮੈਨੂੰ ਲੱਗਦਾ ਥੋੜ੍ਹਾ ਲੇਟ ਹੋਊਗਾ ਜੀ, ਇੱਦਾਂ ਹੀ ਮੌਸਮ ਰਿਹਾ। ਅਤੇ ਚਲੋ ਚੱਲਦੇ ਆਪਾਂ ਭੋਗ 'ਤੇ, ਅਤੇ ਫਿਰ ਕਰਦੇ ਹਾਂ ਗੱਲਬਾਤ ਨਾਲ। ਦਰਅਸਲ ਭੋਗ ਤੋਂ ਮਗਰੋਂ ਮੈਂ ਸਿੱਧਾ ਆ ਗਿਆ ਸੀ ਘਰੇ, ਹੈ ਨਾ। ਘਰੇ ਆ ਕੇ ਕੱਪੜੇ ਕੁੱਪੜੇ ਚੇਂਜ ਕਰ ਲਏ, ਅਤੇ ਟਾਈਮ ਹੋ ਗਿਆ ਹੁਣ 2 ਵੱਜ ਗਏ, ਅਤੇ ਘੰਟਾ ਕੁ ਮੈਂ ਕੀਤੀ ਰੈਸਟ, ਭੋਗ ਦੇ ਹਿਸਾਬ ਨਾਲ 1:00 ਵੱਜ ਗਿਆ ਸੀਗਾ। ਅਤੇ ਘਰੇ ਆ ਕੇ ਰੈਸਟ ਕੀਤੀ, ਭੋਗ ਤੋਂ ਚਿੱਟੇ ਕੁੜਤਾ ਪਜਾਮਾ ਲਾ ਕੇ ਆਇਆ ਮੈਂ। ਦਰਅਸਲ ਉਹ ਐਂ ਲੱਗਣ ਡਿਆ ਜਿਵੇਂ ਟੈਟ ਜਿਹਾ, ਅਤੇ ਅੱਜ ਹੈ ਵੀ ਸੰਡੇ ਆ, ਥੋੜ੍ਹਾ ਜਿਹਾ ਮੈਂ ਕਿਹਾ ਖੁੱਲ੍ਹੇ ਜਿਹੇ ਕੱਪੜੇ ਪਾ ਕੇ ਰਿਲੈਕਸ ਰਹਿੰਦਾ, ਫਿਰ ਟੀ ਸ਼ਰਟ ਔਰ ਨਾਲ ਰੋਲ ਜਬਾਨ ਫਿਸਲ ਗਈ, ਲੋਅਰ, ਹਾਂ ਲੋਅਰ ਪਾ ਕੇ ਮੈਂ ਨਾਲ ਆ ਗਿਆ। ਅਤੇ ਮੈਨੂੰ ਇਰਾਦਾ ਹੁਣ ਮੈਂ ਜਾਂਦਾ ਫੈਕਟਰੀ, ਅਤੇ ਗੱਲ ਕਰਨੀ ਸੀ ਜਿਹੜੀ ਅੱਜ ਆਪਾਂ, ਵੀ ਕਿਉਂ ਇੱਕ ਮਿੰਟ ਜਿਹੜੀ ਗੱਲ ਕਰਨੀ ਸੀ ਇੱਕ ਅੱਜ ਆਪਾਂ, ਵੀ ਨਵਾਂ ਪਲੈਨ ਕੀ ਕਰ ਰਿਹਾ ਜੀ। ਆਪਾਂ ਜਾ ਰਹੇ ਹਾਂ ਪੂਰਾ ਇੰਡੀਆ ਟੂਰ ਲਈ, ਉਹ ਇਸ ਮਹੀਨੇ ਸਟਾਰਟ ਹੋ ਜਾਏ ਜਾਂ ਇਦੋਂ ਅਗਲੇ ਪਹਿਲੇ ਹਫ਼ਤੇ, ਅਗਲੇ ਮਹੀਨੇ ਦੀ 1 ਤਰੀਕ ਤੋਂ ਜਾਂ ਅਗਲੇ ਹਫ਼ਤੇ 'ਚ ਹੋ ਜਾਵੇ ਸਟਾਰਟ, ਉਹ ਦੇਖਦੇ ਹਾਂ ਕਿੱਦਾਂ ਵੀ ਆ। ਪੂਰਾ ਪਲੈਨ ਕਰ ਰਹੇ ਹਾਂ ਕਿ ਸਾਰਾ ਇੰਡੀਆ ਘੁੰਮਣ ਦਾ, ਸ਼ੁਰੂਆਤ ਵੀ ਦੱਸ ਦੇਵਾਂਗੇ ਤੁਹਾਨੂੰ ਕਿੱਥੋਂ ਕਰਾਂਗੇ। ਉਹਦੇ ਲਈ ਪਹਿਲੋਂ ਸਭ ਤੋਂ ਪਹਿਲੋਂ ਜਿਹੜੀਆਂ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਵਾ ਟੂਰ ਵਾਸਤੇ, ਕਿਉਂਕਿ ਉਹ ਜ਼ਰੂਰੀ ਹੈ ਨਾ, ਕੀ ਚਾਹੀਦੀਆਂ ਉਹ ਆਪਾਂ ਇਕੱਠੀਆਂ ਕਰਨੀਆਂ ਵਾ। ਕੁਝ ਸਮਾਨ ਆਪਣੇ ਕੋਲ ਹੈਗਾ, ਕੁਛ ਹੋਰ ਲੈਣਾ ਵਾ ਪਹਿਲੋਂ, ਕਿਉਂਕਿ ਐਡਾ ਲੰਬਾ ਟੂਰ ਆਊਗਾ ਜਾਂ ਇੰਨਾ ਪੂਰਾ ਇੰਡੀਆ ਘੁੰਮਣਾ, ਅਤੇ ਉਹਦੇ ਲਈ ਆਪਾਂ ਨੂੰ ਜਿਹੜਾ ਚੀਜ਼ਾਂ ਚਾਹੀਦੀਆਂ ਵਾ ਉਹ ਪਹਿਲੋਂ ਕੁਛ ਔਨਲਾਈਨ ਔਡਰ ਹੋਣੀਆਂ ਜਿਹੜੀਆਂ ਨਹੀਂ ਮਿਲਦੀਆਂ ਇੱਥੋਂ, ਜਾਂ ਕੁਝ ਡੀਕੈਥਲਨ ਜਾਣਾ ਵਾ ਲੁਧਿਆਣੇ, ਉੱਥੋਂ ਲਵਾਂਗੇ ਫਿਰ। ਅਤੇ ਇੱਦਾਂ ਹੀ ਕਰਦੇ ਕਰਦੇ ਆਪਾਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਾਂਗੇ, ਅਤੇ ਜਾ ਰਹੇ ਹਾਂ ਗੱਡੀ 'ਤੇ, ਫੋਰਚੂਨਰ 'ਤੇ, ਏਸੀ 'ਤੇ, ਅਤੇ ਗੱਡੀ 'ਤੇ ਹੀ ਜਾਵਾਂਗੇ, ਅਤੇ ਗੱਡੀ 'ਤੇ ਲਾਵਾਂਗੇ ਆਪਾਂ ਇੰਡੀਆ ਟੂਰ ਸਾਰਾ। ਇੰਡੀਆ ਟੂਰ ਸ਼ੁਰੂਆਤ ਆਪਾਂ, ਮੈਂ ਤੁਹਾਨੂੰ ਦੱਸ ਦਿੰਦਾ, ਆਪਾਂ ਕਰਾਂਗੇ ਜੀ ਕਸ਼ਮੀਰ, ਜੰਮੂ ਕਸ਼ਮੀਰ ਤੋਂ ਕਰਾਂਗੇ ਸਟਾਰਟਿੰਗ। ਉਹ ਇਹ ਤਾਂ ਲੱਗਦਾ ਹੁਣ ਹੀ ਲੇਹ ਲਦਾਖ ਬਣਿਆ ਪਿਆ ਰੋਡ ਸਾਡਾ, ਇਹ ਸਾਡਾ ਅੱਡੇ ਕੋਲ ਜਿਹੜਾ ਪੱਟਿਆ ਥਾਂ ਉਹਦੇ ਕਰਕੇ ਹੈ, ਬਹੁਤ ਬੁਰਾ ਹਾਲ ਇੱਥੇ। ਅਤੇ ਸ਼ੁਰੂਆਤ ਦੀ ਗੱਲ ਕਰਾਂਗੇ ਆਪਾਂ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਕਰਾਂਗੇ, ਅਤੇ ਖਤਮ ਕਰਾਂਗੇ ਆਪਾਂ ਕੰਨਿਆਕੁਮਾਰੀ ਵਾਲੀ ਸਾਈਡ, ਜਾਂ ਨੌਰਥ ਈਸਟ ਜਿਹੜੀਆਂ 7 Seven Sisters ਕਹਿੰਦੇ ਉੱਧਰਲੀ ਏਰੀਏ 'ਚ ਹੌਲੀ ਹੌਲੀ ਘੁੰਮਾਂਗੇ। ਯਕਦਮ ਨਹੀਂ, ਸ਼ਾਇਦ ਸਾਰਾ ਟੂਰ ਇੱਕੇ ਵਾਰੀ ਨਾ ਵੀ ਲੱਗੇ, 20-25 ਦਿਨ ਕਰਕੇ, ਜਿੰਨੇ ਦਿਨ ਵੀ ਕੋਸ਼ਿਸ਼, ਵੱਧ ਤੋਂ ਵੱਧ ਦਿਨ ਕਰਕੇ ਹੀ ਕਰਾਂਗੇ, ਉਨੇ ਹੀ ਮਤਲਬ ਦੇਖ ਲਾਂਗੇ, ਹੈ ਨਾ। ਕੋਸ਼ਿਸ਼ ਕਰਾਂਗੇ ਵੀ 10 ਦਿਨਾਂ ਦਾ ਟੂਰ, 20 ਦਿਨਾਂ ਦਾ, 25 ਦਿਨਾਂ ਦਾ ਇੱਕ ਟੂਰ, ਫਿਰ ਉਸ ਤੋਂ ਮਗਰੋਂ ਸਟੇਟ ਵਾਈਜ਼ ਹੋ ਜੂਗਾ। ਜਿੱਦਾਂ ਪਹਿਲਾਂ ਇੱਧਰ ਆਪਾਂ ਜਿਹੜੀਆਂ ਹਿਮਾਲਿਆ ਪਰਬਤ ਦੀਆਂ ਲੜੀਆਂ ਉਹ ਘੁੰਮਾਂਗੇ, ਫਿਰ ਜਿਵੇਂ ਵੀ ਪਲੈਨ ਹੋਊਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਸਪੋਰਟ ਤੁਹਾਡੀ ਦੀ ਬਹੁਤ ਲੋੜ ਆ, ਅਤੇ ਰੀਲ ਵੀ ਪਾਊਂਗਾ ਮੈਂ ਜੋੜ ਕੇ, ਜਨਤੇ ਦੇਖਦੇ ਹਾਂ ਨਾ ਬਣਾ ਕੇ, ਕਿ ਘੱਟੋ ਘੱਟ 1000 ਸਬਸਕ੍ਰਾਈਬਰ ਤਾਂ ਹੋਣ, ਕਿਉਂਕਿ ਹੁਣ ਉੱਥੇ ਚੈਨਲ ਦਾ ਨਾਂ ਵੀ ਲਿਖਾਵਾਂਗੇ ਅਤੇ ਉਹ ਚੰਗਾ ਜਿਹਾ ਨਹੀਂ ਲੱਗਣਾ। ਅਤੇ ਜਿਨ੍ਹਾਂ ਨੇ ਨਹੀਂ ਚੈਨਲ ਸਬਸਕ੍ਰਾਈਬ ਕੀਤਾ, ਬਈ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਆਪਾਂ ਜਾ ਰਹੇ ਹਾਂ ਜੀ ਇੰਡੀਆ ਟੂਰ 'ਤੇ। ਅਤੇ ਚਲੋ ਜਾਂਦੇ ਹਾਂ ਪਹਿਲਾਂ ਫੈਕਟਰੀ 'ਤੇ, ਕਰਦੇ ਹਾਂ ਫਿਰ ਤੁਹਾਡੇ ਨਾਲ ਗੱਲਬਾਤ, ਹੈ ਨਾ। ਦੇ ਖੰਨੇ ਵੀਰ ਨੇ ਬਣਾ ਤੀਆਂ ਦੇ ਲੌਂਗਾਂ ਵਾਲੀ ਚਾਹ, ਇਹ ਸੇਵਾ ਪੂਰੀ ਕਰਦਾ ਮੁੰਡਾ।
ਦੁੱਧ ਚ ਬੱਤੀ ਪਾ ਕੇ ਲਿਆਉਂਦਾ ਵੇਖ ਲਓ। ਹਲੋ ਜੀ, ਆਪਾਂ ਚੱਲੇ ਹਾਂ ਜੀਰੇ ਅਤੇ ਜੀਰੇ ਮਸ਼ੀਨ ਜਿਹੜੀ ਅੱਜ ਬੈਂਡਿੰਗ ਉਹਦਾ ਗੇਅਰ ਆਇਲ ਨਿਕਲ ਗਿਆ ਸੀ, ਖਰਾਬ ਹੋ ਗਈ ਸੀ ਥੋੜ੍ਹੀ, ਅਤੇ ਗੇਅਰ ਆਇਲ ਉਹਦਾ ਥੱਲੇ ਸਾਰਾ ਨਿਕਲ ਗਿਆ ਨਾ, ਅਤੇ ਉਹ ਲੈਣ ਚੱਲੇ ਵੈਸੇ ਸੰਡੇ ਹੈਗਾ ਵਾ, ਅਤੇ ਦੇਖਦੇ ਜਦੋਂ ਮਿਲ ਗਿਆ ਤਾਂ ਫਿਰ ਲੈ ਕੇ ਆਉਂਦੇ, ਅਤੇ ਚਲੋ ਚੱਲਦੇ ਜੀਰੇ ਅਤੇ ਫਿਰ ਕਰਦੇ ਗੱਲਾਂ ਬਾਤਾਂ ਆਪਾਂ। ਲਓ ਜੀ, ਅੱਜ ਕਿਚਨ ਲੱਦੀ ਜਾਂਦੀ, ਇੱਕ ਕਰਨਾਲ ਦੀ ਹੋਰ ਕਿਚਨ ਜਾਂਦੀ ਆ, ਅਤੇ ਇੱਧਰ ਤਿਆਰੀ ਹੋ ਰਹੀ ਸਵੇਰ ਦੀ, ਸਵੇਰ ਦੀ ਗੱਡੀ ਜਾਊਗੀ ਇਹ, ਆਹ ਜਿਹੜੀ ਸਵਿਫਟ ਜਾਊਗੀ ਕਰਨਾਲ, ਅਤੇ ਇਹਦੇ ਪੀਜ਼ਾ ਵੀ ਆ ਰਿਹਾ, ਪੀਜ਼ਾ ਕਰਤਾ ਆਰਡਰ। ਲਓ ਜੀ, ਇਹਦੇ ਚੱਲੂ ਅੱਜ ਫਿਰ ਪੀਜ਼ਾ, ਬਰਗਰ ਆਏ, ਚਲੋ ਬਰਗਰ ਖਾਵਾਂਗੇ ਅੱਜ। ਬਾਈ ਹਰੀ ਬਾਲਣ ਲੈ ਕੇ ਚੱਲੇ ਮੇਰੇ ਰਿਸਕੀ ਕੰਮ, ਇੱਕ ਉਹ ਮਗਰ ਵੀ ਆ। ਤੁਸੀਂ ਬਾਹਰ ਬੈਠੇ ਪੀਜ਼ਾ ਡਿੱਗਦੇ ਆ, ਧਿਆਨ ਨਾ ਗੱਡੀ ਆਉਂਦੀ ਗੁਰੂਆ, ਗੱਡੀ ਆਉਂਦੀ ਗੱਡੀ ਹੈ, ਉਹ ਵੇਖ ਵੇਖ ਕਰਦਾ ਕੰਮ ਉਹੀ ਗੁਰੂਆ, ਆਹੋ ਇਹ ਗੱਡੀ। ਲਓ ਜੀ, ਇਹਦਾ ਸੰਗਤ ਅੱਜ ਫਿਰ ਬਰਗਰ ਡਿਗਰੀ ਪੀਜ਼ਾ ਦਾ ਕੈਂਸਲ, ਇਹਦੇ ਬਰਗਰ ਆ ਰਹੇ, ਅਤੇ ਗੱਡੀ ਆਪਣੀ ਚੱਲੀ ਆ ਅੱਜ ਫਿਰ ਇੱਕ ਹਰਿਆਣੇ, ਕਿਚਨ ਲੱਦੀ ਗਈ ਆ ਅਤੇ ਚੱਲੀ ਆ ਜੀ ਹਰਿਆਣੇ ਨੂੰ, ਅਤੇ ਕੱਲ੍ਹ ਨੂੰ ਕਰਨਗੇ ਇਹ ਗੱਡੀ ਜਾਊਗੀ ਹਰਿਆਣੇ, ਅਤੇ ਕਿਚਨ ਫਿੱਟ ਹੋਊਗੀ ਕੱਲ੍ਹ ਨੂੰ ਹੈ ਨਾ। ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਇਹਦੇ, ਸੰਗਤ ਅੰਦਰੋਂ ਵੀ ਆ ਗਈ, ਸੜਕ ਤੋਂ ਪਾਸੇ ਹੋ ਕੇ ਖਾਇਓ ਗੁਰੂ, ਆਜੋ 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 ਸੰਗਤੇ ਆਜੋ, ਬਰਗਰ ਫੜ ਕੇ ਫੋਟੋ ਕਰਨੀ ਇੱਕ, ਖੜੋ ਖੜੋ ਜਲਦੀ ਜਲਦੀ, ਓਏ ਗੁਰੂਆ ਥੱਲੇ ਹੋ ਸੜਕ ਤੋਂ, ਓਏ ਐਨੂੰ ਵੇਖੋ ਐਨੂੰ ਖੜ ਕੇ ਉੱਥੇ, ਐਨੂੰ ਐਨੂੰ ਖਾ ਵੀ ਗੱਲੇ, ਓਏ ਅਗਲੇ ਬੰਨੋ ਗਰੁੱਪ ਬਣਾਓ ਗਰੁੱਪ ਗਰੁੱਪ, ਬਾਈ ਲੰਗਰ ਮੁੰਡੇ ਦਾ ਬਰਥਡੇ, ਚਲੋ ਐਨ ਮੂੰਹ ਕਰੋ ਸਾਰੇ, ਐਨ ਮੂੰਹ ਕਰੋ ਸਾਰੇ ਜਣੇ, ਸਾਰੇ ਜਣੇ ਐਨੂੰ 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 ਗੁਰੂ ਐਨ ਖੜੇ ਪੈਰ ਸੜਕ ਤੇ ਪਾਲਟੀ, ਇਹਦਾ ਬਰਗਰ ਇਹਦਾ ਲੰਗਰ ਲੱਗਾ, ਹੁਣੇ ਵੇਖ ਲਓ ਕਿੰਨਾ ਰੌਲਾ ਪੈਂਦਾ ਬਰਗਰ ਬਣਾਉਂਦਾ, ਸਾਰੀ ਚੁੱਪ ਕਰ ਜਾਂਦੇ, ਮੈਂ ਕਿਹਾ ਕਿੰਨਾ ਰੌਲਾ ਪਾਈ ਜਾਂਦੇ ਜਦੋਂ ਬਰਗਰ ਮੂੰਹ ਚ ਗਿਆ ਉਹਦੇ ਨਾਲ ਚੁੱਪ ਕਰ ਲਿਆ, ਇਹਨਾਂ ਵੇਲਾ ਰੌਲਾ ਬਣਾ ਬਣ ਗਿਆ। ਲਓ ਵੀ ਹੁਣ ਦੋ ਦੋ ਬਰਗਰ ਖਾਣ ਤੋਂ ਮਗਰੋਂ ਵੀ ਕੋਕ ਪਿੱਛੇ ਲੜੀ ਜਾਂਦੇ, ਵੇਖ ਲਓ ਯਾਰ ਮੈਂ ਕਦੇ ਨਾ ਖੜਾ ਬਾਈ, ਮੈਨੂੰ 2 ਮਿੰਟ ਹੋ ਜਾ ਸਾਲੇ, ਮੈਂ ਲੁਕੋਇਆ ਮੈਨੂੰ ਤਾਂ ਪਾ, ਓਏ ਗੱਲ ਨਹੀਂ ਕੱਢਦੀ ਗੁਰੂਆ, ਵਲੌਗ ਬਣਦਾ ਓਏ, ਉਹਨੂੰ ਫੋੜੀ ਕਹਿੰਦੇ ਆ, ਆ ਵਧਿਆ ਜੂਈ ਜੀ ਆ ਬੜਾ ਦਾ ਫੋੜੀ ਆ, ਓਏ ਉੱਤੇ ਵੇਖ ਤੁਸੀਂ ਪੇਪਰ ਗਲਾਰ ਤੇ ਜਾ ਕੇ ਆਪਾਂ ਆ ਗਏ ਸੀ ਜੀ ਘਰੇ, ਘਰੇ ਆ ਕੇ ਰੋਟੀ ਖਾਧੀ, ਰੋਟੀ ਖਾ ਕੇ ਅਤੇ ਸੈਰ ਕਰ ਰਹੇ ਹੈ ਨਾ, ਅਤੇ ਸੈਰ ਕਰਦੇ ਕਰਦੇ ਆਪਾਂ ਸੋਚਿਆ ਕਿ ਚਲੋ ਵਲੌਗ ਦਾ ਅੱਜ ਆਪਾਂ ਕਰਦੇ ਐਂਡ, ਅਤੇ ਖੁਸ਼ਖਬਰੀ ਤੁਹਾਨੂੰ ਦੇ ਦਿੱਤੀ ਜਿਹਨਾਂ ਨੇ ਵਲੌਗ ਦੇਖ ਲਿਆ ਹੈ ਨਾ, ਹੁਣ ਤੱਕ ਦੇਖ ਰਹੇ, ਅਤੇ ਆਪਾਂ ਇੰਡੀਆ ਟੂਰ ਸਟਾਰਟ ਕਰ ਰਹੇ ਬਹੁਤ ਜਲਦੀ, ਸਾਹਮਣੇ ਆਪਣਾ ਜਹਾਜ਼ ਖੜਾ ਉਹਦੇ 'ਤੇ, ਇਹਦੇ 'ਤੇ ਨਹੀਂ ਉਹਦੇ 'ਤੇ ਫੋਰਚੂਨਰ 'ਤੇ, ਅਤੇ ਕਰਦੇ ਹਾਂ ਤਿਆਰੀ, ਬਸ ਅਗਲੇ ਹਫ਼ਤੇ ਦੋ ਦਿਨ ਹਫ਼ਤੇ ਤੱਕ ਤਿਆਰੀ ਕਰਕੇ ਫਿਰ ਨਿਕਲਦੇ ਨਾ, ਅਤੇ ਉਦੋਂ ਤੱਕ ਆਪਣੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਘੱਟੋ ਘੱਟ 650 ਦੇ ਨੇੜੇ ਹੈਗਾ ਵਾ, ਮਤਲਬ 350 ਹੋਰ ਚਾਹੀਦਾ, 1000 ਘੱਟੋ ਘੱਟ 1000 ਹੋਣਗੇ ਫਿਰ ਤੁਰਨਾ ਆਪਾਂ, ਅਤੇ 1000 ਸਬਸਕ੍ਰਾਈਬਰ ਕਰਾ ਦਿਓ ਅਤੇ ਆਪਾਂ ਨਿਕਲੀਏ ਫਿਰ ਚੈਨਲ ਨੂੰ ਮੋਨੀਟਾਈਜ਼ ਕਰਕੇ 1000 ਸਬਸਕ੍ਰਾਈਬਰ ਦੇ, ਅਤੇ ਫਿਰ ਲਗਾਤਾਰ ਤੁਹਾਨੂੰ ਪੂਰੇ ਇੰਡੀਆ ਦੀਆਂ ਵੀਡੀਓ ਤੁਹਾਨੂੰ ਆਪਾਂ ਦਿਖਾਵਾਂਗੇ, ਠੀਕ ਆ ਜੀ, ਅਤੇ ਵੀਡੀਓ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ ਆ,
ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮਿਲਦੇ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ।